ਪਤਾ ਲੱਗਣ ਤੇ ਬਹੁਤ ਸਾਰੀਆਂ ਪ੍ਰੋਬਲਮਸ ਹੋ ਜਾਂਦੀਆਂ ਹਨ। ਇਹ ਆ ਗਈ ਟ੍ਰੈਮ, ਹੁਣ ਟ੍ਰੈਮ ਫੜ ਕੇ ਚੱਲਦੇ ਆ। ਭੁੱਖ ਤੋਂ ਜ਼ਿਆਦਾ ਐਕਸਪੈਂਸਿਵ ਕੁਛ ਨਹੀਂ ਹੈ। ਇੱਥੇ ਹੌਰਨ ਬਹੁਤ ਮਾਰਦੇ ਆ, ਦੇਖੋ ਆਪਾਂ ਕਿਦਾਂ। ਬਈ ਜਦੋਂ ਬਗਾਨੇ ਮੁਲਕ 'ਚ ਦੋ ਪੰਜਾਬੀ ਮਿਲ ਜਾਂਦੇ ਆ ਫਿਰ ਨਜ਼ਾਰਾ ਆਉਂਦਾ। ਇੱਥੇ ਤਿੰਨ ਦਿਨ ਮਿਲ ਗਏ ਆ, ਬੜੀ ਸਹੀ ਚੀਜ਼ ਸੀ ਜੋ ਵੀ ਸੀ। ਬਟ ਕਿੰਨੀ ਸ਼ਾਨਦਾਰ ਲੱਗ ਰਹੀ ਹੈ, ਇਧਰੋਂ ਦੇਖ ਲਓ। ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਕਰਦੇ ਹਾਂ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ। ਮੈਂ ਹਾਂ ਇਸ ਟਾਈਮ ਤਾਜਿਕਿਸਤਾਨ ਦੀ ਰਾਜਧਾਨੀ ਦੁਸ਼ਾਂਬੇ ਦੇ ਵਿੱਚ। ਸੋ ਦੁਸ਼ਾਂਬੇ ਜੇਕਰ ਮੈਂ ਗੱਲ ਕਰਾਂ ਤਾਂ ਅਫਗਾਨਿਸਤਾਨ ਦਾ ਬਾਰਡਰ ਸ਼ੇਅਰ ਕਰਦਾ, ਕਿਰਗਿਸਤਾਨ ਨਾਲ ਕਰਦਾ ਤੇ ਉਜ਼ਬੇਕਿਸਤਾਨ ਨਾਲ ਕਰਦਾ। ਰਾਤ ਇੱਥੇ ਪਹੁੰਚ ਗਿਆ ਸੀਗਾ, ਇਹ ਮੇਰਾ ਹੋਸਟਲ ਸੀਗਾ। ਹੋਸਟਲ ਦਿਖਾ ਦੇਣਾ, ਉਸ ਤੋਂ ਬਾਅਦ ਚੱਲਾਂਗੇ ਤੇ ਦੁਸ਼ਾਂਬੇ ਸਿਟੀ ਦੇਖਾਂਗੇ। ਹੋਟਲ ਹੋਸਟਲ ਸੀਗਾ ਯਾਰ, ਹੋਟਲ ਪਲੱਸ ਹੋਸਟਲ ਆਏ, ਵਧੀਆ ਸੀਗਾ। ਬਾਥਰੂਮ ਬੂਥਰੂਮ ਐਨ ਓਕੇ ਆ, ਕੰਮ ਦਿਖਾ ਦੇਣਾ ਮੈਂ ਤੁਹਾਨੂੰ, ਦੇਖ ਸਕਦੇ ਹੋ ਤੁਸੀਂ। ਇੱਧਰ ਮਤਲਬ ਚਾਰ ਬੈੱਡ ਸੀਗੇ, ਇੱਕ ਛੇ ਰੂਮ ਵਾਲਾ ਵੀ ਸੀਗਾ, ਛੇ ਬੈੱਡ ਸੀਗੇ, ਸੋਰੀ ਛੇ ਰੂਮ ਵਾਲਾ ਗਿਆ। ਛੇ ਬੈੱਡ ਵਾਲਾ ਸੀਗਾ ਜਿਹੜਾ, ਉਹ ਮੈਂ ਲਿਆ ਸੀਗਾ, ਪਰ ਉਹਦੇ ਵਿੱਚ ਕੋਕਰੋਚ ਸੀਗਾ ਥੱਲੇ ਸੀਗਾ। ਫਿਰ ਬਾਈ ਕਹਿੰਦਾ ਇਹ ਲੈ ਲਓ, ਇਹਦੇ ਇਹ $2 ਮਹਿੰਗਾ ਆ, ਇਹ ਮੈਨੂੰ ਵੈਸੇ $10 ਦਾ ਸੀ, ਬਾਈ ਨੇ $8 ਦਾ ਦਿੱਤਾ, ਉਹ $6 ਦਾ ਸੀਗਾ ਇੰਕਲੂਡਡ। ਤਾਂ ਇਹਦੇ ਵਿੱਚ ਬ੍ਰੇਕਫਾਸਟ ਵੀ ਹੈ, ਪਰ ਯਾਰ ਮੈਂ ਕਿਹੜਾ ਮੱਥਾ ਮਾਰੂਗਾ ਇਹਨਾਂ ਦੱਸਣ ਲਈ ਵੀ ਮੈਨੂੰ ਵੈਜ ਚਾਹੀਦਾ ਉਹ ਚਾਹੀਦਾ, ਫਿਰ ਮੈਂ ਲਿਆ ਹੀ ਨਹੀਂ। ਵਾਈਫਾਈ ਦੀ ਸਪੀਡ ਬਹੁਤ ਘੱਟ ਆ ਵੀ, ਇੱਥੇ ਹਾਲੇ ਮੈਂ ਸਿਮ ਵੀ ਲੈਣੀ ਆ, ਸਿਮ ਦੀ ਵੀ ਸ਼ਾਇਦ ਘੱਟ ਹੀ ਹੋਊਗੀ। ਇੱਧਰ ਬਿਲਕੁਲ ਇੱਥੇ ਉਹ ਦੇਖੋ ਰੇਲਵੇ ਲਾਈਨ ਦਿਖ ਰਹੀ ਆ, ਥੋੜ੍ਹਾ ਜਿਹਾ ਇੱਧਰਲੇ ਪਾਸੇ ਹੀ ਰੇਲਵੇ ਸਟੇਸ਼ਨ ਆ, ਥੋੜ੍ਹਾ ਜਿਹਾ ਪਹਾੜਾਂ ਤੇ ਵਸਿਆ ਹੋਇਆ ਸ਼ਹਿਰ ਆ, ਮਤਲਬ ਨੇੜੇ ਤੇੜੇ ਪਹਾੜ ਦੇਖ ਰਹੇ ਆ ਇਹਦੇ। ਰਿਸੈਪਸ਼ਨ ਇਹਨਾਂ ਦਾ ਥੱਲੇ ਆ, ਥੱਲੇ ਜਾਣਾ ਪਊਗਾ। ਇੱਥੇ ਵੀ ਹੀਟਰ ਲਾ ਰੱਖਿਆ ਯਾਰ, ਪੌੜੀਆਂ 'ਤੇ ਵੀ ਹੀਟਰ ਵਾਲਾ ਕੰਮ, ਇੱਥੇ ਜ਼ੋਰਾਂ 'ਤੇ ਜਾਂਦਾ, ਠੰਡ ਕਾਫੀ ਪੈਂਦੀ ਤਾਂ ਸ਼ਾਮ 'ਚ ਵੀ -30-40 ਤਾਂ ਹੋ ਜਾਂਦਾ ਹੋਊਗਾ ਇੱਥੇ ਵੀ ਟੈਂਪਰੇਚਰ ਠੰਡਾਂ 'ਚ। ਭਾਈ ਕਸ਼ਮੀਰ ਦਾ ਨਜ਼ਾਰਾ, ਬਹੁਤ ਸਾਰੀ ਭੀੜ ਲੱਗੀ ਹੋਈ ਹੈ ਇੱਥੇ, ਤੋਂ ਪਹਿਲਾਂ ਸਿਮ ਖਰੀਦਣੀ ਆ। ਇੰਨੀ ਭੀੜ ਨਹੀਂ ਦੇਖੀ ਮੈਂ ਕਦੇ ਯਾਰ, ਇਹਦਾ ਮਾਰਕੀਟ ਜਿਵੇਂ ਆਪਣੇ ਮੋਹਾਲੀ ਚੰਡੀਗੜ੍ਹ ਲੱਗ ਜਾਂਦੀ ਹੈ, ਲੁਧਿਆਣਾ ਹੋਵੇ ਵੀ ਲੱਗੀ ਹੋਈ, ਗੱਡੀਆਂ ਦੇ ਪਿੱਛੇ ਗੱਡੀਆਂ ਲਾਈਆਂ ਹੋਈਆਂ। ਇਹ ਕੋਈ ਮਤਲਬ ਨੋਰਮਲ ਮਾਰਕੀਟ ਹੈ ਯਾਰ, ਕੋਈ ਸਸਤੀ ਮਾਰਕੀਟ ਲੱਗਦੀ ਹੈ ਮੈਨੂੰ। ਆ ਦੇਖੋ ਇੱਦਾਂ ਬਹੁਤ ਸਾਰੇ ਜਿਵੇਂ ਹੋਲਸੇਲਰ ਹੋਣ, ਬੋਤਲਾਂ ਹੀ ਬੋਤਲਾਂ, ਪਤਾ ਨਹੀਂ ਕੀ ਕੁਛ ਅੱਗੇ ਤੱਕ ਪਿਆ। ਰਾਤ ਕਿੱਦਾਂ ਦਿਖ ਰਿਹਾ ਸੀਗਾ, ਹੁਣ ਕੁਛ ਇੱਦਾਂ ਨਜ਼ਾਰਾ ਦਿਖ ਰਿਹਾ। ਇਹਦੇ ਵਿੱਚ ਹੀ ਆ, ਇਸ ਬਿਲਡਿੰਗ 'ਚ ਮੇਰਾ ਉਹ ਖੜੀ ਹੋਈ ਟ੍ਰੇਨ, ਇੱਥੋਂ ਟ੍ਰੇਨ ਸਟੇਸ਼ਨ ਆ 700-800 ਮੀਟਰ ਦੂਰ ਸਿਟੀ ਸੈਂਟਰ ਤੋਂ। ਇਹ ਹੋਸਟਲ ਦੀ ਦੂਰੀ ਲਗਭਗ 2.3 ਕਿਲੋਮੀਟਰ ਦਿਖਾ ਰਿਹਾ। ਕਈ ਸ਼ਹਿਰਾਂ ਦਾ ਸਿਟੀ ਸੈਂਟਰ 'ਚ ਸਾਰਾ ਕੁਛ ਹੁੰਦਾ, ਕਈ ਸ਼ਹਿਰਾਂ ਦੇ ਵਿੱਚ ਸਿਟੀ ਸੈਂਟਰ ਤੋਂ ਹਟ ਕੇ ਦੇਖਣ ਵਾਲੀਆਂ ਚੀਜ਼ਾਂ ਹੁੰਦੀਆਂ। ਸੋ ਸੈਂਟਰ ਦਾ ਮਤਲਬ ਬਸ ਸੈਂਟਰ ਹੀ ਹੁੰਦਾ, ਸਮਝ ਲਓ ਤੁਸੀਂ। ਸਭ ਤੋਂ ਪਹਿਲਾਂ ਤਾਂ ਕੋਸ਼ਿਸ਼ ਕਰੂੰਗਾ ਕਿ ਇੰਡੀਅਨ ਰੈਸਟੋਰੈਂਟ ਹੀ ਜਾਵਾਂਗੇ, ਕਿਉਂਕਿ ਇੰਡੀਅਨ ਰੈਸਟੋਰੈਂਟ ਬਿਨਾਂ ਯਾਰ ਗੱਲ ਬਣਦੀ ਨਹੀਂ ਆ। ਇੱਥੇ ਇੱਕ ਦਿੱਲੀ ਦਰਬਾਰ, ਇੱਕ ਹੋਰ ਹੈ ਅਤੇ ਘੱਟ ਆ ਇੰਡੀਅਨ ਰੈਸਟੋਰੈਂਟ, ਪਰ ਇੱਥੇ ਕਾਫੀ ਸਾਰੇ ਪਾਕਿਸਤਾਨੀ ਲੋਕ ਨੇ ਔਰ ਕਾਫੀ ਸਾਰੇ ਇੰਡੀਅਨ ਵੀ ਸ਼ਾਇਦ ਹੋ ਸਕਦੇ ਨੇ, ਪਰ ਮੈਂ ਦੇਖਿਆ ਨਹੀਂ, ਸ਼ਾਇਦ ਇੱਕ ਦੋ ਬੰਦੇ ਸੀਗੇ, ਰਾਤ ਪਾਕਿਸਤਾਨੀ ਦਾ ਸੀਗੇ। ਇਸ ਦੇਸ਼ ਦੀ ਕੁੱਲ ਪਾਪੂਲੇਸ਼ਨ 10 ਮਿਲੀਅਨ ਦੇ ਨੇੜੇ ਤੇੜੇ ਆ, ਛੋਟਾ ਦੇਸ਼ ਆ। ਕਿਰਗਿਸਤਾਨ ਦੇ ਨਾਲ ਇਹਦੇ ਕੋਈ ਵਧੀਆ ਸੰਬੰਧ ਨਹੀਂ ਹੈਗੇ, ਇੱਕ ਜਗ੍ਹਾ ਪੈਂਦੀ ਹੈ ਸਫਾਰਾ, ਉਹ ਦੋਨੇ ਪਾਸਿਆਂ ਤੋਂ ਘਿਰੀ ਹੋਈ ਆ ਕਿਰਗਿਸਤਾਨ ਦੇ ਨਾਲ, ਮਤਲਬ ਅਲੱਗ ਪੈਂਦੀ, ਉੱਥੇ ਬਾਏ ਰੋਡ ਰਾਹ ਵੀ ਨਹੀਂ ਹੈਗਾ, ਕਿਰਗਿਸਤਾਨ ਦੇ ਵਿੱਚ ਵੀ ਜਾਣਾ ਪੈਂਦਾ। ਇੱਕ ਚੀਜ਼ ਮੈਂ ਤੁਹਾਨੂੰ ਦੱਸੂਗਾ, ਕੋਈ ਵੀ ਇੱਦਾਂ ਦੀ ਡਿਸਪਿਊਟਡ ਲੈਂਡ ਹੋਵੇ, ਮੈਨੂੰ ਇੱਕ ਬਾਈ ਕਹਿ ਰਿਹਾ ਸੀਗਾ ਉੱਥੋਂ ਦਾ, ਸੀ ਕਹਿੰਦਾ ਮੇਰੇ ਨਾਲ ਚੱਲ, ਮੈਂ ਕਿਹਾ ਨਹੀਂ ਯਾਰ, ਕੋਈ ਵੀ ਡਿਸਪਿਊਟਡ ਲੈਂਡ ਹੋਵੇ ਦੋ ਦੇਸ਼ਾਂ ਦੀ, ਤੀਜੇ ਬੰਦੇ ਨੂੰ ਨਹੀਂ ਜਾਣਾ ਚਾਹੀਦਾ, ਔਰ ਤੁਸੀਂ ਵੀ ਕਦੇ ਗਲਤੀ ਨਾ ਕਰਿਓ, ਇਹਦਾ ਖਮਿਆਜ਼ਾ ਬਹੁਤ ਵੱਡਾ ਭੁਗਤਣਾ ਪੈਂਦਾ ਕਈ ਵਾਰ। ਬਾਈ ਮੈਨੂੰ ਕਹਿ ਰਿਹਾ ਸੀ ਕਹਿੰਦਾ ਮੇਰੇ ਨਾਲ ਚੱਲ, ਪਰ ਯਾਰ ਮੈਂ ਕਿਹਾ ਬਾਈ ਮੈਂ ਨਹੀਂ ਜਾ ਰਿਹਾ। ਉਹ ਕਹਿ ਰਿਹਾ ਸੀ ਕਿ ਮੇਰੀ ਫਲਾਈਟ ਆ ਔਰ ਬਹੁਤ ਸਸਤੀ ਫਲਾਈਟ ਵੀ ਆ, ਕਿ ਮੈਂ ਤੈਨੂੰ ਘੁਮਾਊਂਗਾ ਸਾਰਾ ਕੁਝ, ਵਧੀਆ ਬੰਦਾ ਸੀਗਾ। ਪਰ ਯਾਰ ਡਿਸਪਿਊਟਡ ਲੈਂਡ ਦੇ ਵਿੱਚ ਕਦੇ ਨਾ ਜਾਇਓ, ਬਹੁਤ ਪ੍ਰੋਬਲਮ ਹੋ ਸਕਦੀ ਆ ਤੁਹਾਨੂੰ, ਹੋ ਸਕਦਾ ਨਾ ਹੋਵੇ, ਪਰ ਪਤਾ ਲੱਗਣ ਤੇ ਬਹੁਤ ਸਾਰੀਆਂ ਪ੍ਰੋਬਲਮਸ ਹੋ ਜਾਂਦੀਆਂ ਹੁੰਦੀਆਂ ਨੇ। ਤਾਂ ਕੋਸ਼ਿਸ਼ ਕਰੋ ਕਿ ਜੇਕਰ ਤੁਸੀਂ ਤੀਜੇ ਦੇਸ਼ ਦੇ ਵਸਨੀਕ ਹੋ ਤਾਂ ਦੋ ਦੇਸ਼ਾਂ ਦੀ ਜਿਹੜੀ ਲੜਾਈ ਵਾਲੀ ਕੋਈ ਜਗ੍ਹਾ ਆ ਇੱਦਾਂ ਦੀ ਆ, ਉੱਥੇ ਬਿਲਕੁਲ ਵਿਜ਼ਿਟ ਨਾ ਕਰੋ। ਕਈ ਵਾਰ ਇੱਕ ਦੇਸ਼ ਪਰਮਿਸ਼ਨ ਵੀ ਦੇ ਦਿੰਦਾ ਤੁਹਾਨੂੰ ਜਿਹੜਾ ਹੱਕ ਜਤਾਉਂਦਾ ਹੁੰਦਾ, ਪਰ ਦੂਜੇ ਦੇਸ਼ ਨੂੰ ਉੱਥੇ ਜਾਣ 'ਤੇ ਇਤਰਾਜ਼ ਹੋ ਸਕਦਾ। ਅੱਗ ਤਾਂ ਕਾਫੀ ਵਧੀਆ ਰਿਹਾ, ਕੁਛ ਸੋਵੀਅਤ ਟਾਈਮ ਦੀਆਂ ਪੁਰਾਣੀਆਂ ਬਿਲਡਿੰਗਸ ਵੀ ਦੇਖਣੀਆਂ ਮੈਨੂੰ ਇੱਥੇ, ਇਹ ਜਿਹੜੀਆਂ ਜਿੰਨੀਆਂ ਵੀ ਆ ਇਹ ਸਾਰੀਆਂ ਪੁਰਾਣੀਆਂ ਬਣੀਆਂ ਹੋਈਆਂ, ਕਿਉਂਕਿ ਉਸ ਸਟਾਈਲ ਦੀਆਂ ਨੇ ਇਹ। ਅਤੇ ਯਾਰ ਬਾਕੀ ਸਿਮ ਤੋਂ ਬਿਨਾਂ ਬਹੁਤ ਔਖਾ ਕੰਮ ਆ, ਜਦ ਤੱਕ ਸਿਮ ਨਹੀਂ ਮਿਲਦੀ ਨਾ ਟੈਕਸੀ ਬੁੱਕ ਕਰ ਸਕਦਾ, ਨਾ ਇਹ ਦੇਖ ਸਕਦਾ ਕਿ ਕਿੱਥੋਂ ਸਿਮ ਮਿਲੂਗੀ, ਸਿਮ ਲਈ ਸਿਮ ਮਤਲਬ ਕਿੱਥੇ ਜਾਣਾ, ਮਤਲਬ ਰੈਸਟੋਰੈਂਟ ਵਗੈਰਾ ਦੀ ਲੋਕੇਸ਼ਨ, ਨਾ ਬੱਸ ਵਗੈਰਾ ਦੇਖ ਸਕਦੇ, ਕੁਛ ਨਹੀਂ ਦੇਖ ਸਕਦੇ, ਨਾ ਮੈਪ ਦੇਖ ਸਕਦਾ। ਰਾਤ ਮੈਂ ਇੱਥੋਂ ਹੀ ਤੁਰ ਕੇ ਗਿਆ ਸੀਗਾ, ਪਰ ਰਾਤ ਬਹੁਤ ਜ਼ਿਆਦਾ ਲੱਗ ਰਿਹਾ ਸੀਗਾ, 10 ਸਕਿੰਟ ਰਹਿ ਗਏ ਪਾਰਕ ਕਰ ਲਈਏ। ਧੁੱਪ ਕਾਫੀ ਜ਼ਿਆਦਾ ਯਾਰ, ਗਰਮੀ ਬਹੁਤ ਲੱਗ ਰਹੀ ਆ, ਟੈਂਪਰੇਚਰ ਤਾਂ ਲਗਭਗ 35-36 ਡਿਗਰੀ ਦੇ ਨੇੜੇ ਆ, ਦੇਖ ਲਓ ਠੰਡਾਂ 'ਚ -30-35 ਹੋ ਜਾਂਦਾ, ਜ਼ਿਆਦਾ ਵੀ ਹੋ ਸਕਦਾ 30 ਤਾਂ ਨੋਰਮਲ ਆ, ਹੁੰਦਾ ਹੀ ਹੋਊਗਾ, ਅਤੇ ਗਰਮੀਆਂ ਦੇ ਵਿੱਚ ਦੇਖ ਲਓ 40 ਤੋਂ ਵੀ ਉੱਤੇ ਟੱਪ ਜਾਂਦਾ ਇਸ ਟੈਂਪਰੇਚਰ।
दुशांबे वन रेलवे स्टेशन, दुशांबे कला भी है, दुशांबे वन आ। बहुत सारिया ट्रेना इतो चल दया, बहुत सारिया उतो, शायद दोनों भी कोई जाती हो रात, और ट्रैम्स वगैरह इतो चल दया, बसा भी लास्ट स्टॉप इतने आ। रात भी मैं इतने उतरिया, वो बाई तो पूछा वो कहना यार मैं नहीं दे रहा सिम, सिम थोनू लेनी पेगी, उतों सामने मेगाफोन का ऑफिस आ। टन शो वैसे रात को होंदा पर इतने बई दिने भी चलाया होया इन्होंने, कल रात को भी चल रहा है जब मैं लंघिया से इतों ट्रैम से। उधर मेगाफोन वाले को गया से इन्होंने सिम बहुत महंगी सी, 1000 रुपए की सिम 5 GB डाटा सिर्फ, इतने टीसैल वाले को चल के देखते हैं शायद थोड़ी सस्ती होगी, मैं 3-4 दिन चाहिए यार अपन भीड़ आए मार्केट के। उतों मैं सिम लिया है, मिली तो मैंने 1000 रुपए की सिम पर डाटा 15 GB मिल गया, मेगाफोन 5 GB दे रहा है, बहुत महंगा आया डाटा, सिर्फ इंटरनेट इंडिया ही सस्ता। आ गई ट्रैम, हुण ट्रैम फड़ के चलते हैं इंडियन रेस्टोरेंट। इतों इंडियन रेस्टोरेंट है 1.5 किलोमीटर दूर, इन्हें भाई ने 2.5 घट ले, वैसे 2 होंगे आ, 2 समानी 2.5 घट ले, लड़ी भी जो सारिया सवारियां लड़ रहा, पिछे आवाजा भी आ रही हो गई, एक मुंडे लड़ पाया कहता पहला फोन चला ला या चढ़ जा, कहता टीसैल की सिम लै लो, इंटरनेट तो यार शहर के 4G चल ही जाना, मेगाफोन उदा ही नजायज महंगा थोड़ा जहा, क्योंकि मेगाफोन एक रशियन कंपनी है और रशियन नैटवर्क यूज करती है। उतरे मैं बस तो भाई, ड्राइवर बड़ा कब्बा सी, मैनू कहना पहली बारी नहीं दूजी बारी चल, सारे ही भज भज पी जा, फिर एक बंदा भज के पै गया कि यार तू टूरिस्ट नाल किदां गल कर रहा, इदा लोग बहुत वधिया यार इतों के, इतों के लोगों दी शक्लां दा बहुत फर्क आ, मतलब उज़्बेकिस्तान नालों बहुत ज्यादा फर्क आ, मैनू हौली हौली पता लगन लग गया, रशियन यूक्रेनियन सारे नूं इह पछाण लैंदे आ अड अड, और वाकई फर्क हैगा यार, काफी वधिया लग रहा, सिटी सेंटर दे विच ही आ गया मैं, इत्थे इक इंडियन रेस्टोरेंट आ दिल्ली दरबार, 2 ही रेस्टोरेंट आ, तो चलते हैं दिल्ली दरबार खाने आ। रिव्यू पढ़े थे कि बहुत ही ज्यादा एक्सपेंसिव आ, और किन्ना की एक्सपेंसिव होगा, भुख तो ज्यादा एक्सपेंसिव कुछ नहीं है, इतने हॉर्न बहुत मार रहे, देख पाँ पाँ कि मार रहे हॉर्न, ये बस सी मेरी सब तो बाद हॉर्न भी यही मार रहा, चलो बत्ती हुई हुई है, ले हरी होने दो फिर कर दे पार, शायद इतने कितने यार दिखता नहीं रहा, मे बी उधरले पासे होवे कितने, शहर नूं देखना कुछ अलग फीलिंग आ रही है, नाले इतने सारिया कंपनिया दी गड्डियां हैगियां बई सारे ब्रांड दी, इदां ही नहीं कला शेवरले नहीं हैगा उज़्बेकिस्तान की तरह, तो थोड़ा थोड़ा मैं पहला भी दस रहा, मैं इदा पता नहीं क्यों लग रहा कि मैं थोड़ा जा मॉस्को दे विच आ गया हाँ, या मतलब पुराने मॉस्को दे विच आ गया हाँ, इदा लग रहा थोड़ा। इतने दिल्ली दरबार की लोकेशन खत्म हो गई, पर इतने का रेस्टोरेंट है ही नहीं, उत्ते बिल्डिंग देख ही नहीं रहा कितने, चलो फोन करके देख रहा यार, ये बड़ा पंगा होंगे है ना, कितने लिखा भी नहीं होया कुछ भी, इधर कोई होर ही रेस्टोरेंट आ, फोन करने की सोच ही रहा उदों, इधर पिछले पास आ लोकेशन फ्रंट से खत्म हो जाती है, और लिखा है दिल्ली दरबार, रेस्टोरेंट आ काफ़ी वधिया बनया हुआ, कई चीज़ें तो बहुत ठीक आ, कई चीज़ों का नहीं जायज़ है, जिम्मे चाह 250-300 की लाई हुई है, उन्ने का ही चना मसाला जोड़ा मैं ऑर्डर किया 300 का, 150 रुपए के 2 नान, मतलब वही 400-500 का बिल तो आऊगा ही आऊगा बुरे तो बुरा, पर चाह वाला मैनू समझ नहीं आई कि चाह के रेट इन्ने क्यों ला देंगे, नॉर्मली इंडियन रेस्टोरेंट के बाहर भी चाह 80-90-100 रुपए तक होंगी है, 250-300 की, मतलब सही मैंने दस दिन इन्होंने रेट लाने नहीं आए, थोड़े जे पुठे सीधे रेट लाए हुए आ गए भी, नान गार्लिक चिली नान 2 मंगा लिया, मैं लगता ज़्यादा ही ना हो जाए, आ देखियो चना मसाला, मतलब इदा लग रहा जिम्मे सैलड हो, चलो हम खा लिए यार, देखने तो काफ़ी वधिया लग रहा, जे बच गए तो पैक करा लेंगे फिर दिने खा लेंगे 2-3 घंटे बाद। आ गया इंडियन रेस्टोरेंट तो खा के, बिल आया मेरा कुछ 550 इंडियन रुपीज, ठीक आ, कुछ चीज़ों के रेट तो ठीक से, कुछ महंगे, मतलब चाहे 2 जने भी खा सकते, थोड़ा मैं पैक करवा लिया तो वह मैं उत्थे रखता, मैं क्या थोड़ी देर तक आने इतने नेड़े ही आ, क्योंकि सिटी सेंटर ही आ मेन, इतने नेड़े ही आ सारा कुछ, जो इस शहर की खूबसूरती है वह देख रहे हैं चल के, पहला हाँ बहुत रही है, इतने तुर सकता बंदा आराम ना, वे वे दरख्त बहुत लगे हुए उज़्बेकिस्तान च, इदा है नहीं है यार, बहुत ही रेयर कोई दरख्त देखता, धुप बहुत रही है, तजाकिस्तान भी कुछ ज्यादा ही वधिया लग रहा, मतलब ज्यादा ही वधिया, वैसे जेकर मैं गल करा तजाकिस्तान की पर कैपिटा इनकम सिर्फ 1000 US डॉलर है, जिड़ी कि बहुत घट होंगी है, 10 मिलियन लोग इस देश च रेंदे ने, ते बाकी इतने रशियन ते ताजिक अल्फाबैट सेम है, पर बोलते जी तजिक बोलते हैं या रशियन बोलते हैं,
पर यार मैं इस चीज तो हैरान इकोनमी के हिसाब से काफी ज्यादा डिवेलप लग रहा। हाँ बाकी यार देखो उस चीज तो देख रही है कि ऐदा नहीं है, मैं मॉस्को कह रहा था मॉस्को बार का, मॉस्को जिदा छोटिया दुकाना वगैरह नहीं दिख दी जिम्मे इतने नॉर्मल लगिया हुई हैं, ऐदा भीड़ भड़ाका नहीं होंगे, मतलब इधर दुकाना से मारो मार नहीं होंगी जिम्मे समझ सकते हो तुम, पर है बहुत सोहना लग रहा यार। ये सामने मेरे 300-400 मीटर की दूरी पर है जोड़ा इन्हों का मेन मोन्यूमेंट आ, चल के नाले सारी गलबात कर दी वे बारे। ये आ गया भी मेरे सामने इस्माइल सोमानी का मोन्यूमेंट। इस्माइल सोमानी यार तैमूर तो पहला ही होया होगा, एक पैरसियन शासक सीगा ये, इन्हें काफ़ी लड़ाइया वगैरह लड़िया, बल्ख की लड़ाई लड़ी सी होर सारिया। सो ईरान दे विच भी शायद इन्हों बारे कुछ मिल जाए, पर बनया बहुत घेंट होया यार आ गेट किन्ना उच्चा लग रहा, और सामने ताजिकिस्तान का फ्लैग देख रहा, और मे बी सामने इन्हों की प्रेजिडेंट हाउस या कुछ हो सकता। ऐसे तो शाम को आने का ज़्यादा फायदा सी, मैं दिने आ गया 2 बजे और धुप इन्नी ज़्यादा ना। नहीं नहीं यार बा ये भाई खड़े है फोटो हाले कहते फोटो खिचा लो। इस्माइल सोमानी के बिल्कुल मोन्यूमेंट के सामने आ गया मैं, इन्नी ज़्यादा धुप है ना छी गल दो। ये सामने वाली बिल्डिंग देखो कितनी शानदार लग रही है, बहुत खुला डुला यार, वो इन्ना क वड्डा है गेट, मैनू इदा लगे उतो सामने आने कि मैं सामने कदों को पहुंचूंगा, बहुत ज़्यादा वड्डा बहुत कैंट लग रहा बी। खूबसूरती चार चैन ला रहा इतने देखो, रोड इदा ला रहा उत्ते ही आ जाए गड्डिया चढ़ के सीधिया। ओ सामने इन्हों का तजाकिस्तान का झंडा यार, शाम को आने का बहुत फायदा सी इतने, मैं हमने आ गया, चलो कोई नहीं शाम को दोबारा फिर गेड़ा मारा इतने। इस्माइल सोमानी बारे गल कर रहा है कि यार इस्माइल सोमानी 900 या 1000 के नेड़े तेड़े उस तो पहला होए होंगे, तो इस्माइल सोमानी ने बहुत सारिया लड़ाइया लड़िया। तो यार बाकी देखो लड़ाइया तो थोड़ा पता ही है जिन्या भी हुई इतिहास के लड़ाइया सारिया का मतलब मकसद की सीगा वो तुम समझ सकते हो, मैं हम बोलूँगा नहीं इस चीज़ से। सो इदा ही उज़्बेकिस्तान के शासक सीगे बड़े सारे, और इदा ही ये पैरसियन शासक सीगा, और ताजिकिस्तान मैं भी ये सोचा कि यार ये पैरसियन शासक सीगा सो ये इत्थे क्यों है। सो ताजिकिस्तान के जिहड़े लोग ने कल भी वह बाई गल कर रहा सीगा, इन्हां नूं ताजिकी कला ताजिक नहीं कहिंदे, इन्हां नूं ताजिक पैरसियन कहिंदे ने। सो ये ताजिक पैरसियन लोग ने, और इन्होंने उज़्बेकिस्तान जदों मतलब सोवियत यूनियन टुटी तो इन्हां नूं अलग ही देश मिलिया, और ये कहिंदे भी साडा जिहड़ा समरकंद ते बुखारा वह भी साडा सीगा पर उज़्बेकिस्तान ने रख लिया, बस मतलब इदा इन्हों की कोई हिस्टरी रही सी उस टाइम। सो ता करके अज भी कहते हैं कि हाँ बई जो समरकंद बुखारा आ वो साडा आ, तो बलख की लड़ाई मेनली तौर पर सोमानी ने लड़ी सी। हुण बलख बुखारा आप कह दें तो बलख बुखारा दूर दूर आ, मतलब इदा नहीं है कला उज़्बेकिस्तान कला बुखारा आ। थोड़ा छावें आके खड़ा हो गया बई, मैं इन्नी धुप है सोचा नहीं सी यार, देखो सोच के देखो कि इन अपने नालों ज़्यादा लग रही है धुप बहुत ज्यादा। एक चीज मैं तुम्हें दस दिना, यह जी धुप है ना इदा ना समझो कि नॉर्मली अपने बड़ी धुप होंगी, अपने यार ठंड भी देखो टेंपरेचर 5 डिग्री तो थले नहीं जाता, 5-6 डिग्री होंगे फिर 40-45 चला जाता, वो एक नॉर्मल है सहन योग होंगे। जी धुप ठंडे एरिए पैंती है ना गर्मी, वो 30 डिग्री भी अपने 50 डिग्री तो ज्यादा खतरनाक होंगी है। ता ही तुम सुनया होना कि यूरोप के देशों के टेंपरेचर 30 पहुँचता और कि सारिया मौतों दबर आदि ने, क्योंकि उत्थे टेंपरेचर माइनस इन्ना ज़्यादा चला जाता, उस तो बाद जो 30-35 भी होंदा ना वो बड़ा ज़्यादा अजीब धुप होंदी यार, वो 50 डिग्री तो वध ज़्यादा साड़दा। हालांकि मैं तो इत्थे रहिंदा भी नहीं हाँ, मैं तो नॉर्मल अपन पंजाब रहीदा, उत्थे प्लस 5-6-7 तो जाना नहीं है, और इत्थे हुण दा टेंपरेचर 38 डिग्री सैलसीयस आ, ये 50 तो भी ज़्यादा साड़ रहा अपने उत्थे 45-46-47 आम हो जाता पंजाब के पिंडां दे विच, मैनूं 46-47 भी कदे ज़्यादा नहीं लग्या, मोहाली भी 45 तक पहुँच जाता टेंपरेचर, उत्थे खेडते रही धुप के कदे भी फील नहीं होया। ये बहुत ज़्यादा बई गंदी धुप होंगी है जी इदा ठंडे एरिया के पैंती है। तो यही सोच रहा मैं कि हुण मैं वापस जावा, थोड़ा जिहा अगे तक चलते हैं कोई भी नहीं है, और एक चीज़ होर है इत्थे ना एक नेड़े ही आ टावर जहा बनया होया, और रात में उसके लाइटिंग होंगी है बहुत तकड़ी, बहुत सोहना लगता, मतलब इन्नी उच्ची लाइटिंग ना बहुत ही घट चीज़ा थावान पर होंगी है, नॉर्मल लाइटिंग तो स्ट्रीट वगैरह पर होंगी होंगी, बहुत उच्चे टावर पूरा ही पूरा लाइटिंग भरया हों, कल आते टाइम मैं देखा सीगा। तो शाम को आवेंगे थोड़ा छेती आ जाएंगे दिन खड़े, और उस तो बाद लेट नाइट तक मतलब 9-10 बजे तक जो तो पूरा नेरा हो जूगा वो तक इतने रहेंगे, गलत टाइम चूज कर लिया। वैसे खैर मैं इतने आना सीगा ता आ गया मैं, नहीं तो नहीं आना सीगा क्योंकि इंडियन रेस्टोरेंट आना सीगा, ता करके फिर मैं क्या चलो चलते हैं इंडियन रेस्टोरेंट तो जस्ट 400 मीटर दूर है। ये फाउंटेन वगैरह भी शाम को चल जाएंगे, होर थोड़ा नज़ारा वधिया बन जूगा,
ਉਹ ਸਾਹਮਣੇ ਵੀ ਇੱਕ ਮੋਨੂਮੈਂਟ ਆ ਉੱਥੇ ਤੱਕ ਯਾਰ ਹੁਣ ਮੈਂ ਨਹੀਂ ਜਾ ਰਿਹਾ ਸ਼ਾਮ ਨੂੰ ਜਾਵਾਂਗੇ ਵਧੀਆ ਵੀ ਲੱਗੂਗਾ ਇੱਥੇ ਆਉਂਦੇ ਹੁੰਦੇ ਨਾ ਮੈਂ ਇੱਕ ਚੀਜ਼ ਦੇਖੀ ਇੱਥੇ ਬੱਚੇ ਬੁੱਚੇ ਕਾਫੀ ਚੀਜ਼ਾਂ ਵੇਚਦੇ ਰਹਿੰਦੇ ਆ ਛੋਟੇ ਛੋਟੇ ਬੱਚੇ ਆ ਪ੍ਰੀਵੀਅਸ ਕਿਹਾ ਤੇ ਰੁਕ ਗਿਆ ਉਹ ਕਹਿੰਦਾ ਕਿ ਮੇਰੇ ਤੋਂ ਆਹ ਲੈ ਲਾ ਦੋ ਤਿੰਨ ਸਮਾਨ ਨਹੀਂ ਸੀ ਕੁਛ ਪੀਣ ਵਾਲੀ ਸੀਗੀ ਚੀਜ਼ ਖੈਰ ਮੈਂ ਤਾਂ ਪੀਣੀ ਨਹੀਂ ਸੀ ਮੈਂ ਲਈ ਨਹੀਂ ਤੇ ਉੱਦਾਂ ਮੈਂ ਦੇਖਿਆ ਕਾਫੀ ਜ਼ਿਆਦਾ ਮਤਲਬ ਛੋਟੇ ਛੋਟੇ ਬੱਚੇ ਇੱਥੇ ਵੇਚਦੇ ਰਹਿੰਦੇ ਆ ਕੁਛ ਨਾ ਕੁਛ ਆਮ ਹੋ ਗਈ ਵੀਡੀਓ ਕੰਟੀਨਿਊ ਕਰਦੇ ਹਾਂ ਉੱਥੇ ਦਿਨੇ ਤਾਂ ਧੁੱਪ ਬਹੁਤ ਸੀਗੀ ਆ ਗਏ ਸੀਗੇ ਇੱਧਰ ਆਪਣੇ ਫਰਹਾਨ ਬਾਈ ਸਾਹੀਵਾਲ ਤੋਂ ਨਾ ਸਾਹੀਵਾਲ ਤੋਂ ਮਿਲ ਗਏ ਨੇ ਭਾਜੀ ਇੱਧਰ ਭਾਜੀ ਵੀ ਸਾਹੀਵਾਲ ਤੋਂ ਤੁਹਾਡਾ ਕੀ ਨਾਮ ਅਬਦੁਲ ਜਬਾਰ ਸੋ ਬਾਈ ਜਦੋਂ ਬਗਾਨੇ ਮੁਲਕ ਚ ਦੋ ਪੰਜਾਬੀ ਮਿਲ ਜਾਂਦੇ ਫਿਰ ਨਜ਼ਾਰਾ ਆਉਂਦਾ ਇੱਥੇ ਤਿੰਨ ਦਿਨ ਮਿਲ ਗਏ ਆ ਸੋ ਬਾਈ 600 ਮੀਟਰ ਤੁਰ ਕੇ ਜਾ ਕੇ ਅੱਗੋਂ ਆਪਾਂ ਬੱਸ ਫੜਾਂਗੇ ਬੱਸ ਸਿੱਧਾ ਲੈ ਜੂਗੀ ਆਪਾਂ ਨੂੰ ਮਤਲਬ ਬਿਨਾਂ ਉਹਦੇ ਤੋਂ ਅਲਕੋਹਲ ਤੋਂ ਹੁੰਦੀ ਆ ਜੁਆਂ ਜੁਆਂ ਦੀ ਬਣਾਉਂਦੇ ਆ ਕੀ ਕਿਹੜੀ ਲੈ ਰਹੇ ਹੋ ਤੁਸੀਂ ਇੱਕ ਦੀ ਇੱਕ ਸਮਾਨੀ ਦਾ ਉਹ ਦੇਖੋ ਲੈ ਬਈ ਕਰਤਾ ਹੀ ਤਿਆਰ ਲਓ ਭਾਜੀ ਪੀਓ 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 ਲਓ ਤਾਂ ਸਹੀ ਬੜੀ ਸਹੀ ਚੀਜ਼ ਸੀ ਜੋ ਵੀ ਸੀ ਮੈਂ ਠੰਡੀ ਬੜੀ ਸੀ ਉਹ ਤਾਂ ਮੈਂ ਕੀਤਾ ਭਾਜੀ ਉਹ ਠੰਡਾ ਬੜਾ ਸੀ ਬਾਈ ਚੜ੍ਹ ਗਿਆ ਕੀ ਨਾਂ ਕੀ ਸੀ ਭਾਜੀ ਇਹਦਾ ਲਿਮਾਨਾ ਕਹਿੰਦੇ ਬਈ ਲਿਮਾਨਾ ਹਾਂ ਗੈਸ ਵਾਲਾ ਉਹ ਬਈ ਮਜ਼ਾ ਆ ਗਿਆ ਜਿਹੜੀ ਉਹ ਕਵਾਸ ਆ ਨਾ ਇਹਨਾਂ ਦੀ ਉਹ ਇੰਨਾ ਸਹੀ ਨਹੀਂ ਉਹ ਤਾਂ ਐਂ ਲੱਗਦਾ ਯਾਰ ਨਾ ਗੁੜ ਨੂੰ ਜਿਵੇਂ 20-25 ਦਿਨ ਲਈ ਕਿਸੇ ਘੜੇ 'ਚ ਪਾ ਕੇ ਰੱਖਿਆ ਹੋਵੇ ਤੇ ਉਸ ਤੋਂ ਬਾਅਦ ਉਹ ਉਦਾਂ ਦਾ ਲੱਗਦਾ ਬਟ ਇਹ ਜਿਹੜਾ ਸੀ ਨਾ ਲਿਮਾਨਾ ਬਈ ਅਲੱਗ ਹੀ ਸੀਗਾ ਕੁਛ ਕਾਫੀ ਵਧੀਆ ਸੀਗਾ ਪਹਿਲਾਂ ਬਾਰ ਬਾਰ ਇਹ ਚੀਜ਼ ਕਹਿ ਚੁੱਕਿਆ ਕਿ ਪਤਾ ਨਹੀਂ ਕਿ ਛੋਟਾ ਮੋਸਕੋ ਲੱਗਦਾ ਆ ਜਿਹੜੀਆਂ ਬਿਲਡਿੰਗਸ ਆ ਦੇਖੋ ਰੋਡ ਦੇਖਿਓ ਕਿੰਨੀ ਸ਼ਾਨਦਾਰ ਲੱਗ ਰਹੀ ਆ ਇੱਧਰੋਂ ਦੇਖ ਲਓ ਕਿੱਦਾਂ ਦੀਆਂ ਬਿਲਡਿੰਗਸ ਮਤਲਬ ਨਾ ਰੋਡ ਦੇ ਕਿਨਾਰੇ ਤੇ ਇੰਨੀਆਂ ਵੱਡੀਆਂ ਬਿਲਡਿੰਗਸ ਬਹੁਤ ਘੱਟ ਸ਼ਹਿਰਾਂ 'ਚ ਦੇਖਣ ਨੂੰ ਤੁਹਾਨੂੰ ਮਿਲਣਗੀਆਂ ਬਸ 8 ਨੰਬਰ ਰਸਤੇ ਤੇ ਜਾਣਾ ਆਪਾਂ ਆ ਲੈ ਵੀ ਬਾਈ ਕੋ ਕਾਰਡ ਆ 3 ਵਾਰੀ ਲਾ ਦਿੰਦੇ ਸੇਵਾ ਨੂੰ ਵਿਖੇ ਜੱਕ ਬਾਰ ਮੈਂ ਦਿੰਦਾ ਭਾਜੀ ਖੜ ਦੇ ਖੁੱਲੇ ਗਿਆ ਬੱਸ ਵਾਲਾ ਇੱਥੇ ਲਾ ਗਿਆ ਤੇ ਆਪਾਂ ਆ ਗਏ ਆ ਸਮੋਨੀ ਜਿਹੜਾ ਕਿ ਦੁਪਹਿਰੇ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਸਮੋਨੀ ਕੌਣ ਸੀਗਾ ਤਜਾਕਿਸਤਾਨ ਦੇ ਵਿੱਚ 96% ਲੋਕ ਮੁਸਲਿਮ ਨੇ 2% ਲੋਕ ਕ੍ਰਿਸਚੀਅਨ ਨੇ 1.5% ਲੋਕ ਇਦਾਂ ਦੇ ਨੇ ਜਿਹੜੇ ਕਿਸੇ ਧਰਮ ਨੂੰ ਫੋਲੋ ਨਹੀਂ ਕਰਦੇ ਸਜਾਵਟ ਦੇਖੋ ਕਿੰਨੀ ਕੀਤੀ ਹੋਈ ਇਹਨਾਂ ਨੇ ਰੋਡ ਦੇ ਉੱਤੇ ਉਹ ਦੇਖੋ ਸਾਹਮਣੇ ਦੇਖਿਓ ਬਹੁਤ ਜ਼ਿਆਦਾ ਵਧੀਆ ਕਰਕੇ ਰੱਖਦੇ ਇੱਥੇ ਨਾ ਸ਼ਾਨਦਾਰ ਔਰ ਮੌਸਮ ਵੀ ਭਾਜੀ ਦੇਖੋ ਨਾਰਮਲ ਲੱਗ ਰਿਹਾ ਦਿਨੇ 40 ਡਿਗਰੀ ਸੀਗਾ ਏਦਾਂ ਲੱਗ ਰਿਹਾ ਨਾਰਮਲ ਸੀਗਾ ਹਾਂ ਬਾਈ ਜੋ ਵੀ ਨਾਰਮਲ ਹਵਾ ਚੱਲ ਰਹੀ ਹੈ ਸਹੀ ਲੱਗ ਰਿਹਾ ਬਾਈ ਤੋਂ ਫੋਟੋਆਂ ਖਿਚਾ ਲੀਆਂ ਕੈਮਰੇ ਦਾ ਲੈਂਸ ਵਧੀਆ ਸੀਗਾ ਯਾਰ ਮੈਂ ਕਿਹਾ ਚੱਲ ਖਿਚਾ ਹੀ ਲੈਣਾ ਦੋ ਸਮਾਨ ਹੀ ਦੀਆ 15 ਰੁਪਏ ਦੀ ਇੱਕ ਫੋਟੋ ਕਹਿ ਰਿਹਾ ਮੈਂ ਚੱਲ 40-50 ਲੱਗ ਜਾਣਗੇ 2-3 ਫੋਟੋਆਂ ਲੈ ਲੈਣੇ ਆ ਬਾਈ ਨੇ ਵਧੀਆ ਵਧੀਆ ਖਿੱਚੀਆਂ ਇੰਸਟਾਗ੍ਰਾਮ ਤੇ ਪੋਸਟ ਕਰੂੰਗਾ ਦੇਖ ਲਿਓ ਜੇਕਰ ਫੋਲੋ ਨਹੀਂ ਕਰਦੇ ਫੋਲੋ ਕਰ ਲਿਓ ਜਾ ਕੇ ਅਫੀਸ਼ੀਅਲ ਨਵਦੀਪ ਬਰਾੜ ਆ ਬਾਈ ਹਰਾਂ ਕੋਲੇ ਲੜ ਪਿਓ ਕਹਿੰਦਾ ਮੈਂ ਨਹੀਂ ਦਿੰਦਾ ਤੈਨੂੰ ਚਿਪ ਵਗੈਰਾ ਮੈਂ ਬਾਈ ਤੋਂ 8 ਸਮਾਨੀ ਦਿੱਤੇ ਮਤਲਬ 56 ਇੰਡੀਅਨ ਰੁਪੀਸ ਦਿੱਤੇ ਸਾਰੀਆਂ ਫੋਟੋਆਂ ਲੈ ਆਇਆ 13 ਫੋਟੋਆਂ ਸੀਗੀਆਂ ਔਰ ਵਧੀਆ ਡੀਲ ਕਰ ਲਈ ਮਾੜੀ ਗੱਲ ਨਹੀਂ ਬਾਈ ਤੁਹਾਨੂੰ ਜ਼ਿਆਦਾ ਪਤਾ ਹੋਊਗਾ ਮਤਲਬ 3-1-1 ਦੇ ਮੰਗ ਰਹੇ 13 ਫੋਟੋਆਂ 8 ਸਮਾਨੀ ਚ ਲੈ ਆਉਂਦੀਆਂ ਕਿਉਂਕਿ ਯਾਰ ਉਹਦੇ ਵੀ ਕਿਸੇ ਕੰਮ ਦੀਆਂ ਨਹੀਂ ਸੀਗੀਆਂ ਮੈਂ ਕਿਹਾ ਬਾਈ ਮੈਂ ਡਿਲੀਟ ਕਰ ਦੇਣਾ ਮੈਂ ਤਾਂ 3 ਹੀ ਫੋਟੋਆਂ ਚਾਹੀਦੀਆਂ ਸੀਗੀਆਂ ਉਹ ਕਹਿੰਦਾ ਚੱਲ ਸਾਰੀਆਂ ਹੀ ਚੱਕ ਮੈਂ ਕਿਹਾ ਚੱਲ ਤੂੰ 8 ਸਮਾਨੀ ਲੈ ਸਾਰੀਆਂ ਹੀ ਦੇ ਜਿਹੜੀ ਜਿਹੜੀ ਜਿੱਦਾਂ ਦੀ ਠੀਕ ਹੋਊਗੀ ਰੱਖ ਲਾਂਗੇ ਭਾਜੀ ਕਮਿਟਮੈਂਟ ਕਰ ਰਿਹਾ ਕਹਿੰਦੇ ਮੈਂ ਇੱਥੋਂ ਦਿਖਾ ਦੇਣਾ ਜੇ ਨਹੀਂ ਸਹੀ ਨਹੀਂ ਦਿਸਿਆ ਤੁਸੀਂ ਇਹ ਭਾਜੀ ਨੂੰ ਫੜਨਾ ਨਹੀਂ ਸਹੀ ਆਏਗਾ ਪੱਕੀ ਗੱਲ ਚਲੋ ਦੇਖਦੇ ਹਾਂ ਉੱਥੇ ਚੱਲ ਜਾਵਾਂਗੇ 1-1.5 ਕਿਲੋਮੀਟਰ ਦਾ ਹੈ ਇਹ ਜਿਹੜੀ ਸਾਹਮਣੇ ਬਿਲਡਿੰਗ ਦੇਖ ਰਹੀ ਆ ਇਹ ਇਹਨਾਂ ਦੀ ਨੈਸ਼ਨਲ ਲਾਇਬ੍ਰੇਰੀ ਆ ਉਸਦੇ ਸੌਰੀ ਤਾਜਿਕਿਸਤਾਨ ਦੀ ਦੁਸ਼ਾਂਬੇ ਦੇ ਵਿੱਚ ਤੇ ਆਹ ਦੇਖੋ ਆਹ ਜਿਹੜੇ ਫਾਊਂਟਨ ਦਿਨੇ ਉਦੋਂ ਮੈਂ ਆਇਆ ਸੀ ਉਦੋਂ ਨਹੀਂ ਚੱਲ ਰਹੇ ਸੀ ਹੁਣ ਦੇਖੋ ਫਾਊਂਟਨ ਕਿੱਦਾਂ ਚੱਲ ਰਹੇ ਆ ਮਤਲਬ ਕੋਈ ਪਲਾਨ ਹੁੰਦਾ ਵੀ ਤੁਹਾਡਾ ਹਾਂ ਵੀ ਕਿਤੇ ਘੁੰਮਣ ਜਾਣਾ ਕਰਨਾ ਤਾਂ ਮੇਰੇ ਹਿਸਾਬ ਨਾਲ ਉਜ਼ਬੇਕਿਸਤਾਨ ਠੀਕ ਆ ਆਪਦੀ ਥਾਂ ਪਰ ਮੇਰੇ ਹਿਸਾਬ ਨਾਲ ਦੁਸ਼ਾਂਬੇ ਜ਼ਿਆਦਾ ਬੈਟਰ ਆ ਜਾਂ ਫਿਰ ਉਸ ਤੋਂ ਇਲਾਵਾ ਕਜ਼ਾਕਿਸਤਾਨ ਵੀ ਮੈਨੂੰ ਬੈਟਰ ਲੱਗਿਆ ਸੀਗਾ ਉਜ਼ਬੇਕਿਸਤਾਨ ਥੋੜ੍ਹਾ ਹਿਸਟੋਰੀਕਲ ਆ ਮਤਲਬ ਪੁਰਾਣੀਆਂ ਬਿਲਡਿੰਗਾਂ ਜੇਕਰ ਤੁਹਾਨੂੰ ਪਸੰਦ ਆ ਤਾਂ ਆ ਗਿਆ ਬਈ ਕਿਹੜੀ ਆ ਚਲੋ ਦੇਖਦੇ ਹਾਂ ਪਹਿਲਾਂ ਆਹ ਤਾਂ ਖਾਈਏ ਆਹ ਜਿਹੜਾ ਸਾਹਮਣੇ ਦੇਖ ਰਿਹਾ ਇਹਨਾਂ ਦਾ ਨੈਸ਼ਨਲ ਸਿੰਬਲ ਆ ਜਿਵੇਂ ਝੰਡੇ ਦੇ ਵਿੱਚ ਆਪਣੇ ਅਸ਼ੋਕ ਚੱਕਰ ਆ
ਤੇ ਭਾਜੀ ਦੱਸ ਰਹੇ ਜਿਵੇਂ ਪਾਕਿਸਤਾਨ ਦੇ ਝੰਡੇ ਚੰਦ ਤਾਰੇ ਆ, ਉਵੇਂ ਇਹਦੇ ਇੱਕ ਪਾਸੇ ਕਪਾਹ ਬਣੀ ਆ, ਇੱਕ ਪਾਸੇ ਝੋਨਾ ਬਣਿਆ, ਇੱਕ ਥੱਲੇ ਕਿਤਾਬ ਬਣੀ ਆ ਤੇ ਉਹਦੇ ਵਿੱਚ ਰੋਸ਼ਨੀ ਨਿਕਲ ਰਹੀ ਆ, ਸਟਾਰ ਜਿਹੜੇ ਦਿਖ ਰਹੇ ਆ। ਸੋ ਇਹਨਾਂ ਦੇ ਝੰਡੇ ਦੇ ਵਿੱਚ ਵੀ ਬਈ ਉਹ ਹੁੰਦੇ ਆ। ਸੋ ਇਹ ਉਹ ਚੀਜ਼ ਬਣਾਈ ਗਈ ਆ ਸੁਮਾਨੀ ਦੇ ਮੋਨੂਮੈਂਟ ਦੇ ਬਿਲਕੁਲ ਪਿੱਛੇ, ਉਹ ਉੱਧਰ ਹੈਗਾ ਸੁਮਾਨੀ ਦਾ ਮੋਨੂਮੈਂਟ, ਤੇ ਇੱਥੇ ਆ ਕੇ ਇਹ ਬਣਿਆ ਹੋਇਆ। ਚਲੋ ਹੁਣ ਆਪਾਂ ਚੱਲਦੇ, ਟਾਵਰ ਦਾ ਨਾਮ ਕੀ ਹੈ ਭਾਜੀ? ਜਿੱਥੇ ਆਪਾਂ ਚੱਲੇ ਅੱਛਾ, ਚਲੋ ਜੋ ਮਰਜ਼ੀ ਹੋਵੇ ਉੱਥੇ ਜਾ ਕੇ ਦੇਖਦੇ ਆ। ਪਰ ਮੈਨੂੰ ਰਾਤ ਸੋਹਣਾ ਬੜਾ ਲੱਗਿਆ ਸੀਗਾ, ਉਹਦੇ ਉੱਤੇ ਲਾਈਟਿੰਗ ਕੀਤੀ ਸੀ, ਮੈਂ ਬੱਸ 'ਚੋਂ ਦੇਖਿਆ ਸੀਗਾ। ਇਹ ਇੱਥੋਂ ਦੇ ਪ੍ਰੈਜ਼ੀਡੈਂਟ ਦਾ ਹਾਊਸ ਆ ਬਈ, ਉਹ ਉੱਤੇ ਦੇਖ ਰਿਹਾ ਤਜਾਕਿਸਤਾਨ ਦਾ ਝੰਡਾ ਤੇ ਇੱਕ ਸੋਹਣੀ ਜਿਹੀ ਬਿਲਡਿੰਗ। ਆ ਗਲਤ ਪਤਾ ਲੱਗ ਗਿਆ, ਆ ਬਾਈ ਨੇ ਦੱਸਿਆ ਕੰਸਟਰਕਸ਼ਨ ਚੱਲ ਰਹੀ ਸੀਗੀ ਤੇ ਅੱਗੋਂ ਕਹਿੰਦੇ ਬੰਦ ਆ, ਫਿਰ ਇਧਰੋਂ ਦੀ ਗਿਆ ਉਹਨਾਂ ਨੇ ਕਿ ਇਧਰੋਂ ਦੀ ਆ ਜਾਓ, ਆਪਾਂ ਉਹ ਟਾਵਰ ਕੋਲ ਜਾਣਾ। ਕਿੰਨੀ ਲਾਈਟਿੰਗ ਦਿਖ ਰਹੀ ਆ ਇਸ ਟਾਵਰ ਤੇ ਆ ਗਿਆ ਆਪਾਂ ਲਿਖਿਆ ਮੰਦੋਨੀ ਨਿਸਤਰੀ ਦੋਸ ਟਾਵਰ ਹੈ ਕੋਈ ਇਹ। ਅੰਦਰ ਚੱਲਿਆ ਬਾਈ, ਅੰਦਰ ਦਾ ਮਾਹੌਲ ਬੜਾ ਵਧੀਆ। ਬੋਟੈਨਿਕ ਗਾਰਡਨ ਹੈ ਵੈਸੇ, ਬੋਟੈਨਿਕ ਗਾਰਡਨ ਦੇ ਨੇੜੇ ਬਣਿਆ ਹੋਇਆ ਹੈ। ਇਹਦੇ ਇੱਧਰਲੇ ਪਾਸੇ ਇੱਕ ਮੈਡੀਕਲ ਯੂਨੀਵਰਸਿਟੀ ਵੀ ਆ, ਇਹਦਾ ਮਤਲਬ ਮੈਂ ਸਰਚ ਕੀਤਾ, ਸਰਚ 'ਚ ਕੁਛ ਨਹੀਂ ਆ ਰਿਹਾ, ਬੋਟੈਨਿਕਲ ਗਾਰਡਨ ਆ ਰਿਹਾ ਯਾਰ। ਆ ਕਲਰਫੁੱਲ ਜਿਹੇ ਜਿਹੜੇ ਆ ਨਾ ਫੁਹਾਰੇ ਸਿਰਾ ਲੱਗਦੇ ਆ, ਓਏ ਹੋਏ ਇਹਦਾ ਕੋਈ ਵੀ ਚੀਜ਼ ਬਣਾਉਂਦੇ ਆ ਨਾ ਪੂਰੀ ਰੀਝ ਨਾਲ ਬਣਾਉਂਦੇ ਆ, ਕਿਆ ਮਜ਼ਾ ਆ ਰਿਹਾ ਬਾਈ ਇੱਥੇ। ਮੈਦੋਨੀ ਪਾਰਕ ਹੈ ਦਰਅਸਲ ਬੋਟੈਨੀਕਲ ਗਾਰਡਨ ਇਹਦੇ ਨਾਲ ਬਾਈ, ਬਹੁਤ ਖੂਬ ਲੱਗ ਰਿਹਾ ਯਾਰ। ਕੁੱਲ ਮਿਲਾ ਕੇ ਦੁਸ਼ਾਂਬੇ ਸ਼ਹਿਰ ਕਾਫੀ ਸੋਹਣਾ, ਕੱਲਾ ਸੋਹਣਾ ਸ਼ਬਦ ਇਹਦੇ ਲਈ ਨਹੀਂ ਬਣਿਆ, ਕਾਫੀ ਸੋਹਣਾ ਸ਼ਬਦ ਬਣਿਆ। ਬਹੁਤ ਘੱਟ ਹੀ ਸ਼ਹਿਰ ਹੋਣਗੇ ਜਿਨ੍ਹਾਂ ਬਾਰੇ ਮੈਂ ਇਹ ਸ਼ਬਦ ਯੂਜ਼ ਕਰਦਾ ਹਾਂ। ਮੈਨੂੰ ਕਈ ਵਾਰ ਕਮੈਂਟਸ ਵੀ ਕਰਦੇ ਕਿ ਬਾਈ ਤੂੰ ਖੁੱਲ੍ਹ ਕੇ ਤਾਰੀਫ ਨਹੀਂ ਕਰਦਾ, ਠੀਕ ਆ ਸੋਹਣੇ ਹੁੰਦੇ ਆ, ਖੁੱਲ੍ਹ ਕੇ ਤਾਰੀਫ ਮੈਂ ਕਰਦਾ, ਮਤਲਬ ਹਰੇਕ ਚੀਜ਼ ਵਧੀਆ ਹੁੰਦੀ ਆ, ਪਰ ਯਾਰ ਨਾ ਬਹੁਤ ਘੱਟ ਹੀ ਚੀਜ਼ਾਂ ਹੁੰਦੀਆਂ ਜਿਹਨੂੰ ਦੇਖ ਕੇ ਦਿਲ 'ਚੋਂ ਇੱਦਾਂ ਨਿਕਲਦਾ ਕਿ ਨਹੀਂ ਯਾਰ ਮਜ਼ਾ ਆ ਗਿਆ। ਸੋ ਇਹ ਸ਼ਹਿਰ ਦੁਸ਼ਾਂਬੇ ਸ਼ਹਿਰ ਉਹਨਾਂ 'ਚੋਂ ਇੱਕ ਆ ਕਿ ਦੇਖ ਕੇ ਇੱਦਾਂ ਲੱਗਦਾ ਯਾਰ ਮਜ਼ਾ ਆ ਗਿਆ। ਇਹ ਸ਼ਾਮ ਦੀ ਫੁੱਲ ਭੀੜ ਆ, ਔਰ ਤੁਸੀਂ ਦੇਖ ਲਓ ਫੁੱਲ ਭੀੜ 'ਚ ਵੀ ਕਿੰਨੀ ਕੁ ਭੀੜ ਆ। ਇੱਥੋਂ ਤੁਸੀਂ ਇਹ ਆਈਡੀਆ ਵੀ ਲਾ ਸਕਦੇ ਹੋ ਕਿ ਕਿੰਨੀ ਕੁ ਪਾਪੂਲੇਸ਼ਨ ਇਸ ਸ਼ਹਿਰ ਦੀ ਹੋਊਗੀ। ਸਿਰਫ ਐਡੀ ਵੱਡੀ ਕੈਪੀਟਲ ਹੈ ਇੱਕ ਦੇਸ਼ ਦੀ, ਇੱਥੇ 10 ਲੱਖ ਲੋਕ ਰਹਿੰਦੇ ਨੇ, ਸਿਰਫ 1 ਮਿਲੀਅਨ ਜਸਟ। ਸਾਡੇ ਛੋਟੇ ਤੋਂ ਛੋਟੇ ਸ਼ਹਿਰਾਂ ਦੇ ਵਿੱਚ ਵੀ ਅੱਜ ਕੱਲ੍ਹ ਇੰਨੀ ਇੰਨੀ ਪਾਪੂਲੇਸ਼ਨ ਹੋਈ ਪਈ ਆ, 5-5, 7-7 ਲੱਖ ਮਿਲੀਅਨ। ਇਸ ਵੀਡੀਓ ਨੂੰ ਇੱਥੇ ਹੀ ਖਤਮ ਕਰਦੇ ਹਾਂ, ਉਮੀਦ ਕਰਦਾ ਵੀਡੀਓ ਵਧੀਆ ਲੱਗੂਗੀ। ਜੇਕਰ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ, ਔਰ ਜੇਕਰ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਨਹੀਂ ਕਰਦੇ ਤਾਂ ਹਲੇ ਮੇਰੀ ਆਈਡੀ ਲਿਖੀ ਆ ਰਹੀ ਓਫੀਸ਼ੀਅਲ ਲਵਦੀਪ ਰਾਠ, ਫੋਲੋ ਕਰ ਸਕਦੇ ਹੋ। ਚੰਗਾ ਜੀ, ਸਤਿ ਸ਼੍ਰੀ ਅਕਾਲ, ਰੱਬ ਰਾਖਾ, ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ।